ਆਪਾਂ ਲਾਸਟ ਕੀ ਕੀਤਾ ਸੀ ਆ ਆਪਾਂ ਲਾਸਟ ਕੀਤਾ ਸੀ ਸਰ ਰਿਵੋਲਵ ਹੂੰ ਤੇ ਕਮਾਂਡ ਸਵੀਪ ਕਰ ਲਈ ਆਪਾਂ ਨਹੀਂ ਨਹੀਂ ਸਵੀਪ ਨਹੀਂ ਕੀਤੀ ਸਾਡੇ ਕੋਲ ਇੱਕ ਸਪਲਾਈਨ ਹੈਗੀ ਹੈ ਸਪੋਜ਼ ਕਰੋ ਠੀਕ ਹੈ ਇੱਥੇ ਇੱਕ ਆਪਾਂ ਸਰਕਲ ਬਣਾ ਦਿੰਦੇ ਹਾਂ ਇਹ ਮੇਰਾ ਸੈਕਸ਼ਨ ਹੈ ਅਤੇ ਇਹ ਮੇਰਾ ਪਾਥ ਹੈ ਅਸੀਂ ਕੀ ਕਰਨਾ ਚਾਹੁੰਦੇ ਹਾਂ ਅਸੀਂ ਸਵੀਪ ਕਰਨਾ ਚਾਹੁੰਦੇ ਹਾਂ ਪਹਿਲੀ ਵਾਰੀ ਟਾਈਮ ਲਾਉਂਦਾ ਇਹਨੂੰ ਰੀਜਨ ਕਰਨਾ ਪੈਣਾ ਜਿੱਦਾਂ ਐਕਸਟਰੂਡ ਦੇ ਵਿੱਚ ਰੀਜਨ ਕਰਦੇ ਸੀਗੇ ਉਦਾਂ ਹੀ ਇਹਦੇ ਵਿੱਚ ਰੀਜਨ ਕਰਨਾ ਪੈਣਾ ਕੀ ਕਹਿ ਰਿਹਾ ਸਿਲੈਕਟ ਓਬਜੈਕਟ ਟੂ ਸਵੀਪ ਓਬਜੈਕਟ ਦੱਸ ਦਿਉ ਐਂਟਰ ਠੀਕ ਹੈ ਸਿਲੈਕਟ ਸਵੀਪ ਪਾਥ ਅਪਾਥ ਦੱਸ ਦਿਉ ਅਤੇ ਇਹ ਓਬਜੈਕਟ ਸੈਕਸ਼ਨ ਦੇ ਹਿਸਾਬ ਨਾਲ ਇਹ ਸਵੀਪ ਹੋ ਗਿਆ ਇਹਨੂੰ ਸ਼ੇਡ ਚੇਂਜ ਕਰਕੇ ਆਪਾਂ ਦੇਖ ਸਕਦੇ ਹਾਂ ਠੀਕ ਹੈ ਨਹੀਂ ਮਤਲਬ ਜਿਹੋ ਜਿਹਾ ਸੈਕਸ਼ਨ ਹੋਊਗਾ ਮਤਲਬ ਪਾਥ ਜਿਹੋ ਜਿਹਾ ਹੋਊਗਾ ਪਾਥ ਜਿਹੜਾ ਹੈਗਾ ਉਹ ਸਿੰਗਲ ਓਬਜੈਕਟ ਹੋਣਾ ਚਾਹੀਦਾ ਮਤਲਬ ਹੁਣ ਜਿੱਦਾਂ ਇਹ ਪੋਲੀ ਲਾਈਨ ਨਾਲ ਬਣਾਇਆ ਸਿੰਗਲ ਓਬਜੈਕਟ ਹੈ ਠੀਕ ਹੈ ਜਾਂ ਸਪਲਾਈਨ ਨਾਲ ਬਣਾ ਲਓ ਜਾਂ ਲਾਈਨ ਨੂੰ ਜੁਆਇਨ ਕਮਾਂਡ ਆਪਾਂ ਕੀਤੀ ਸੀ ਸਵੀਪ ਕੀਤਾ ਓਬਜੈਕਟ ਸਿਲੈਕਟ ਕੀਤਾ ਐਂਟਰ ਪਾਥ ਠੀਕ ਹੈ ਨਾ ਸ਼ੇਡ ਚੇਂਜ ਕਰਾਂਗੇ ਕਮਾਂਡ ਦੇ ਜੇ ਮਤਲਬ ਆਪਾਂ ਲਾਈਨ ਬੰਦ ਕਰ ਦਈਏ ਮਤਲਬ ਪੋਲੀ ਲਾਈਨ ਬੰਦ ਕਰ ਦਈਏ ਐਂ ਘੁਮਾ ਗਈ ਤਾਂ ਤਾਂ ਵੀ ਬਣ ਜੂਗਾ ਇਸ ਤਾਂ ਵੀ ਬਣ ਜੂਗਾ ਇੱਥੇ ਇੱਕ ਓਬਜੈਕਟ ਬਣਾਇਆ ਠੀਕ ਹੈ ਕੋਈ ਜ਼ਰੂਰੀ ਨਹੀਂ ਗੋਲ ਬਣਾਉਣਾ ਜਿਹਾ ਜਿਹਾ ਵੀ ਹੋ ਸਕਦਾ ਸਵੀਪ ਓਬਜੈਕਟ ਸਿਲੈਕਟ ਐਂਟਰ ਪਾਥ ਸਿਲੈਕਟ ਅਤੇ ਕਲੋਜ਼ ਓਬਜੈਕਟ ਮਤਲਬ ਜਿਹੋ ਜਿਹਾ ਵੀ ਸੈਕਸ਼ਨ ਹੋਊਗਾ ਜੇ ਆਪਾਂ ਲਾਈਨ ਦੇ ਨਾਲ ਸੈਕਸ਼ਨ ਬਣਾਇਆ ਲਾਈਨ ਕਮਾਂਡ ਦੇ ਨਾਲ ਸਿੱਧਾ ਕਰ ਲੈਂਦੇ ਹਾਂ ਜਿਵੇਂ ਕੋਈ ਚੀਜ਼ ਲਾਈਨ ਲਾਈਨ ਦੇ ਨਾਲ ਸੈਕਸ਼ਨ ਬਣਾਇਆ ਫਿਰ ਇਹਨੂੰ ਰਿਵੀਜ਼ ਕਰਨਾ ਪੈਣਾ ਠੀਕ ਹੈ ਅਤੇ ਜਿਹੜਾ ਪਾਥ ਹੋਊਗਾ ਥੋੜ੍ਹਾ ਜਿਹਾ ਵੱਡਾ ਬਣਾ ਦਿੰਦਾ ਕਿਉਂਕਿ ਆਪਾਂ ਬਣਾਇਆ ਨਾ ਉਹ ਵਿੱਚ ਮੈਸ਼ਨ ਠੀਕ ਹੈ ਅਤੇ ਸਵੀਪ ਓਬਜੈਕਟ ਸਿਲੈਕਟ ਐਂਟਰ ਪਾਥ ਸਿਲੈਕਟ ਅਤੇ ਉਸ ਜਿੱਦਾਂ ਦਾ ਅਸੀਂ ਸੈਕਸ਼ਨ ਬਣਾਇਆ ਸੀਗਾ ਉੱਦਾਂ ਦਾ ਬਣ ਗਿਆ ਇੱਥੋਂ ਆਪਾਂ ਕਲਰ ਮਤਲਬ ਆ ਆਹ ਚੀਜ਼ ਜਿਹੜੀ ਹੈਗੀ ਹੈ ਜਿਹੜਾ ਆਹ ਫੇਸ ਹੈ ਐਂਟਰ ਕਲਰ ਸਿਲੈਕਟ ਕਰ ਇਹ ਸੈਕਸ਼ਨ ਬਣਾਇਆ ਠੀਕ ਹੈ ਇਹਦੇ ਵਿੱਚ ਆਹ ਸੈਕਸ਼ਨ ਬਣਾਇਆ ਇਹ ਮੇਰਾ ਸੈਕਸ਼ਨ ਹੈ ਅਤੇ ਪਾਥ ਜਿੱਥੇ ਪਾਥ ਹੋਊਗਾ ਉੱਥੇ ਬਣੂਗਾ ਠੀਕ ਹੈ ਜਿੱਥੇ ਸੈਕਸ਼ਨ ਹੋਊਗਾ ਉੱਥੇ ਵੀ ਬਣੂਗਾ ਜਿੱਥੇ ਪਾਥ ਹੋਊਗਾ ਉੱਥੇ ਬਣੂਗਾ ਠੀਕ ਹੈ